ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਕਿਸਾਨ ਵੀਰ ਜਿਹੜੇ ਅੱਜ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਨੇ ਸਾਰੇ ਕਿਸਾਨ ਵੀਰਾਂ ਨੂੰ ਸਾਡੀ ਹੱਤ ਮੰਨ ਕੇ ਅਪੀਲ ਹੈ ਬੇਨਤੀ ਹੈ ਕਿ ਇਸ ਲੜਾਈ ਨੂੰ ਜਿੱਤਣ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਝਕਾਉਣ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਾਂ ਇਹਨੂੰ ਜਿੱਤਾਂਗੇ ਇਹਦੇ ਵਿੱਚ ਆਪਾਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਇਸ ਅੰਦੋਲਨ ਨੂੰ ਜਿੱਤਣ ਦਾ ਪ੍ਰਯਾਸ ਕਰਨਾ ਯਤਨ ਕਰਨਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅੰਦੋਲਨ ਖਿਲਰੇ ਅੰਦੋਲਨ ਹੰਸਕ ਹੋਵੇ ਅੰਦੋਲਨ ਦੇ ਵਿੱਚ ਪਾਰਟੀਸ਼ਨ ਹੋਵੇ ਇਹ ਅੰਦੋਲਨ ਵੰਡਿਆ ਜਾਵੇ ਸੋ ਆਪਣੀ ਅਪੀਲ ਆ ਕਿ ਤੁਸੀਂ ਸਾਰਿਆਂ ਨੇ ਇੱਕ ਮੁਠ ਰਹਿਣਾ ਹੈ ਇਕਤਾ ਬਣਾ ਕੇ ਰੱਖਣੀ ਹੈ ਲੜਾਈ ਇਕੱਲਾ 26 ਜਨਵਰੀ ਨੂੰ ਆਪਾਂ ਕੇਂਦਰਿਤ ਕਰਕੇ ਨਹੀਂ ਇਹ ਗੱਲ ਹੈ ਅੰਦੋਲਨ ਬਹੁਤ ਹਜੇ ਹੋਰ ਲੰਬਾ ਚੱਲਣਾ ਹੈ ਜਿਵੇਂ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਕਿ 1 ਫਰਵਰੀ ਨੂੰ ਆਪਾਂ ਸਾਰਿਆਂ ਨੇ ਪਾਰਲੀਮੈਂਟ ਵੱਲ ਨੂੰ ਕੂਚ ਕਰਨਾ ਹੈ ਉਹ ਵੀ ਇੱਕ ਬਹੁਤ ਵੱਡਾ ਸਾਡਾ ਅੰਦੋਲਨ ਦਾ ਹਿੱਸਾ ਹੈ ਉਹ ਉਹਦੇ ਵਾਸਤੇ ਵੀ ਸਾਡੀ ਮਤਲਬ ਤਿਆਰੀ ਰਹਿਣੀ ਚਾਹੀਦੀ ਹੈ ਕੱਲ ਪ੍ਰੋਗਰਾਮ ਮੇਰੇ ਖੜ ਪੀਸੀ ਸਾਰਿਆਂ ਨੇ ਤੁਸੀਂ ਦੇਖ ਲਈ ਹੋਣੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਹੋ ਚੁੱਕਿਆ ਹੈ ਸੋ ਸਾਡੀ ਬੇਨਤੀ ਹੈ ਦੋਸਤੋ ਇਹ ਨੂੰ ਅੱਜ ਵਾਲੇ ਪ੍ਰੋਗਰਾਮ ਨੂੰ ਕੇਵਲ ਆਖਰੀ ਪ੍ਰੋਗਰਾਮ ਨਾ ਮੰਨਿਆ ਜਾਏ ਅੰਦੋਲਨ ਜਿਤਨਾ ਹੈ ਤਾਂ ਸ਼ਾਂਤੀ ਬਹੁਤ ਜ਼ਰੂਰੀ ਹੈ ਔਰ ਜ਼ਮੀਨ ਰੱਖਣੀ ਹੈ ਤਾਂ ਅੰਦੋਲਨ ਜਿਤਨਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਚਲਾਉਣਾ ਹੈ ਸਾਰਿਆਂ ਨੇ ਇਹ ਜਿਹੜਾ ਇਹ ਆਪਣਾ ਆਈਟੀ ਸੈੱਲ ਹੈ ਕਿਸਾਨ ਏਕਤਾ ਮੋਰਚਾ ਇਹਦੇ ਨਾਲ ਲਗਾਤਾਰ ਜੁੜ ਕੇ ਰਹਿਣਾ ਤਾਂ ਕਿ ਹਰ ਤਰ੍ਹਾਂ ਦਾ ਜਿਹੜਾ ਤੁਹਾਨੂੰ ਸੁਨੇਹਾ ਹੈ ਤੁਹਾਨੂੰ ਜਿਹੜਾ ਮੈਸੇਜ ਹੈ ਇੱਥੋਂ ਦਿੱਤਾ ਜਾ ਸਕੇ ਅਸੀਂ ਲਗਾਤਾਰ ਤੁਹਾਨੂੰ ਬਾਰ-ਬਾਰ ਇਹ ਕਹਿੰਦੇ ਆ ਰਹੇ ਹਾਂ ਕਿ ਸ਼ਰਾਰਤੀ ਕੁਝ ਲੋਕ ਇਹਦੇ ਵਿੱਚ ਸ਼ਰਾਬ ਮਤਲਬ ਫਮਾਵਾ ਫਲਾਉਣ ਦਾ ਯਤਨ ਕਰਨਗੇ ਔਰ ਉਹਦੇ ਤੋਂ ਤੁਸੀਂ ਜ਼ਰੂਰ ਮਤਲਬ ਸचेत ਰਹਿਣਾ ਬਚ ਕੇ ਰਹਿਣਾ ਸ਼ਾਂਤੀ ਜ਼ਰੂਰ ਬਣਾ ਕੇ ਰੱਖਣੀ ਹੈ ਸ਼ਾਂਤੀ ਦੇ ਨਾਲ ਹੀ ਮੋਰਚਾ ਜਿੱਤਿਆ ਜਾਣਾ ਹੈ ਬਸ ਸਾਡੀ ਇੰਨੀਕ ਬੇਨਤੀ ਹੈ ਇਹਨੂੰ ਫਤਿਹ ਕਰਕੇ ਇੱਕ ਗੱਲ ਦਾ ਲਾਸਟ ਦੇ ਉੱਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਕੱਲ ਪ੍ਰੋਗਰਾਮ ਬਣਿਆ ਸੀਗਾ ਕਿ ਤੁਸੀਂ ਜਦੋਂ ਵਾਪਸ ਆਉਣਾ ਮੁੜ ਕੇ ਉਦੋਂ ਕੇਐਮਪੀ ਦੇ ਉੱਤੇ ਹੀ ਮਤਲਬ ਆਪਾਂ ਸਾਰਿਆਂ ਨੇ ਖੜਨਾ ਕਿਉਂਕਿ ਇੱਥੇ ਜਗ੍ਹਾ ਨਹੀਂ ਮਿਲਣੀ ਸਾਰਿਆਂ ਨੂੰ ਖੜਨ ਦੇ ਲਈ ਤੋ ਕੇਐਮਪੀ ਦੇ ਤੁਹਾਡੇ ਲੰਗਰ ਪਾਣੀ ਦੀ ਵਿਵਸਥਾ ਵੀ ਹੋਏਗੀ ਔਰ ਉੱਥੇ ਤੁਹਾਡੇ ਲਈ ਖੜਨ ਦੀ ਠਹਿਰਨ ਦੀ ਵਿਵਸਥਾ ਵੀ ਬਣੇਗੀ ਔਰ ਇੱਥੇ ਤੁਹਾਡਾ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਐਂਬੂਲੈਂਸ ਦੀ ਜੋ ਲੋਡ ਪੈਂਦੀ ਆ ਤੇ ਉਹ ਵੀ ਮਤਲਬ ਉਹਦੀ ਆਵਾਜ਼ਾਈ ਵੀ ਚੱਲ ਸਕੇਗੀ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਸਾਰੇ ਮੇਰੇ ਵੀਰਾਂ ਨੂੰ ਮੇਰੀ ਅਪੀਲ ਆ ਕਿ ਸ਼ਾਂਤੀ ਬਣਾ ਕੇ ਰੱਖਣਾ ਔਰ ਸਰਕਾਰ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਏਡੇ ਵੱਡੇ ਹਜੂਮ ਨੂੰ ਦੇ ਸਾਹਮਣੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਦਾ ਅੰਦੋਲਨ ਕਿੱਡਾ ਮਜ਼ਬੂਤ ਕਿੱਡਾ ਤਕੜਾ ਕਿਸਾਨ ਲੜਨ ਜਾਣਦੇ ਨੇ ਕਿਸਾਨ ਸੰਜਮ ਵੀ ਰੱਖ ਰਹੇ ਨੇ ਸੋ ਸਰਕਾਰ ਨੂੰ ਅੱਜ ਚਾਹੀਦਾ ਹੈ ਕਿ ਸਰਕਾਰ ਐਲਾਨ ਕਰੇ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਕਿ ਇਹ ਸ਼ਾਂਤੀਪੂਰਵਕ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਨੇਪਰੇ ਚੜ ਸਕੇ ਅਸੀਂ ਫੇਰ ਮਦਦ ਦੁਬਾਰਾ ਸਰਕਾਰ ਨੂੰ ਇਹ ਅਪੀਲ ਵੀ ਕਰਾਂਗੇ ਕਿ ਇਸ ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਅੰਦੋਲਨ ਦੀ ਸ਼ਾਂਤੀ ਨੂੰ ਸਮਝਦੀ ਹੋਈ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਕਿ ਕਿਸਾਨ ਵੀ ਮਤਲਬ ਖੁਸ਼ੀ ਖੁਸ਼ੀ ਆਪਦੇ ਘਰਾਂ ਨੂੰ ਜਾਣ ਔਰ ਸਰਕਾਰ ਨੂੰ ਵੀ ਆਪਦਾ ਮਤਲਬ ਫ੍ਰੀ ਹੋ ਕੇ ਆਪਦਾ ਕੰਮ ਕਰਨ ਵਾਲੀ ਬਣੇ ਸੋ ਸਾਡੀ ਇੰਨੀ ਕ ਅਪੀਲ ਆ ਮੇਰੇ ਕਿਸਾਨ ਦੋਸਤੋ ਫਿਰ ਮੈਂ ਲਾਸਟ ਦੇ ਵਿੱਚ ਅਪੀਲ ਕਰਾਂ ਕਿ ਕਿਸਾਨ ਏਕਤਾ ਮੋਰਚਾ ਤੋਂ ਹਰ ਤਰ੍ਹਾਂ ਦਾ ਤੁਹਾਨੂੰ ਮੈਸੇਜ ਦਿੰਦੇ ਰਹਾਂਗੇ ਉਹਦੇ ਨਾਲ ਜੁੜ ਕੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ